यह है पिंड के बाहर शमशान घाट का गेट। इस शमशान घाट के अंदर मंजा डाह के बैठे इस बुजुर्ग का नाँ है रुलदास सिंह। पिंड वालों के मुताबिक इस बुजुर्ग की उम्र 80-85 साल के करीब है ते पिछले लंबे समय तो यह इसे शमशान घाट के काम कर रहा है। इस बुजुर्ग की दास्तान सुन के कलेजा मूँह नूं आ जाएगा। शमशान घाट तो वापस परत के इस नूं घर का भी सारा कामकाज संभालना पैंदा है ते उत्तों मीह कणी वेले चौंदी छत लई हेठां भांडा भी रखना पैंदा। इत्थे ही बस नहीं, कहानी तां हुण शुरू हुंदी है। यह दास्तान है जिला संगरूर दे दड़बा दी, जिथे इस उम्र च वी इस बुजुर्ग नूं मुशक्कत करके अपने नाल दो जीआं नूं होर पालना पै रहा है ते अपनी बीमार धी नूं संभालना पै रहा है। इहदा इलाज होना चाहीदा जी, आपदा इलाज होना चाहीदा, आपदे परिवार च बैठे आपदा बार खुल्ला रखे। उरे तुसीं नौकरी करदे हो? हाँ जी, ਸ਼ਮਸ਼ਾਨ ਘਾਟ 'ਚ। ਹਾਂ ਜੀ, ਸ਼ਮਸ਼ਾਨ ਘਾਟ 'ਚ ਨੌਕਰੀ ਕਰ ਰਿਹਾ ਹਾਂ। ਕਿੰਨੇ ਪੈਸੇ ਮਿਲਦੇ ਨੇ? 3000 ਮਿਲਦਾ ਜੀ ਇਹ, ਬਾਕੀ ਫਿਰ ਮੈਂ ਗਾਹਾਂ ਸਿਰੇ ਤਾਣ ਜਾਂਦਾ, ਜਿਹੜੀ ਇਹਨਾਂ ਨੇ ਸਿਰਾ ਤਾਕਤ ਸੀ, ਮੈਂ ਫਿਰ ਗਰੀਬੀ ਕਰਕੇ ਉਹਦੇ ਕਰਕੇ ਮੈਂ ਦੱਬ ਰਿਹਾ ਹਾਂ ਵੀ ਚੱਲ ਜਿਹੜਾ ਦਿੰਦੇ ਆ ਠੀਕ ਹੈ। ਉਹੀ ਨੇ ਦੋਵੇਂ ਮਾਂ ਪੁੱਤ, ਮੁੰਡਾ ਹੈ ਜਾਂ ਉਹ ਕੁੜੀ ਆ, ਉਹ ਆਪ ਹੁਣ ਜਾਂ ਉਹੀ ਚੱਕ ਕੇ ਬੈਠੇ, ਜਾਂ ਹੁਣ ਉਰੋਂ ਮੈਂ ਜਾਊਂਗਾ ਤਾਂ ਮੈਂ ਚੱਕ ਕੇ ਗੁਆਂਢੀ ਕਰ ਦਿੰਦੇ ਨੇ, ਸਾਥ ਦੇ ਦਿੰਦੇ ਨੇ। ਐਂ ਤਾਂ ਕਰ ਦਿੰਦੇ ਨੇ ਜੀ, ਫਿਰ ਹੁਣ ਰੋਜ਼ ਰੋਜ਼ ਫਿਰ ਅਗਲਾ ਰਾਤ ਨੂੰ ਨਾਲੇ ਹੋਰ ਨੂੰ ਕਿਹੜਾ ਰਾਤ ਨੂੰ ਔਖਾ, ਦਿਨ 'ਚ ਤਾਂ ਕਰ ਦਿੰਦੇ ਨੇ। ਦਿਨ 'ਚ ਤਾਂ ਕਰ ਦਿੰਦੇ, ਨਾ ਹੋਵੇ ਘਰੇ ਕੋਈ ਫਿਰ ਤਾਂ ਕਰਦੇ ਨੇ ਜੀ। ਜੇ ਨਾ ਕੋਈ ਘਰੇ ਹੋਵੇ, ਉਹ ਮੁੰਡਾ ਨਾ ਹੋਵੇ ਜਾਂ ਮੈਂ ਨਾ ਹੋਵਾਂ, ਫਿਰ ਕਰਦੇ ਨੇ। ਅੱਛਾ ਜੀ, ਰਾਤ ਨੂੰ ਮੈਂ ਫਿਰ ਮਈ ਫੜ ਕੇ ਉਹਨੂੰ ਮੈਂ ਲਜਾਨਾ ਕਰਕੇ ਦਈ, ਮਈ ਫੜ ਕੇ ਫਿਰ ਮੋੜ ਕੇ ਲਿਆਉਣਾ ਮੰਜੇ 'ਤੇ, ਮੰਜੇ 'ਤੇ ਫਿਰ ਲੱਤਾਂ ਉਹਦੀਆਂ ਤਾਹਾਂ ਧਰ ਕੇ ਫਿਰ ਉਹਨੂੰ ਪਾਉਣਾ ਹੈ, ਚਾਕੀ ਉਹਨੂੰ ਖੜੀ ਕਰਦਾ। ਇਹ ਗਰੀਬ ਪਰਿਵਾਰ ਨਾਲ ਸੰਬੰਧਿਤ ਨੇ ਜੀ, ਔਰ ਜਿਹੜੀ ਬਲਜੀਤ ਕੌਰ ਹੈ ਉਹ ਉਰੇ ਰਹਿੰਦੀ ਹੈ ਪੇਕੇ ਘਰੇ। ਉਹਦਾ ਛੋਟੀ ਉਮਰ ਮਤਲਬ ਵਿਆਹ ਤੋਂ 2-3 ਸਾਲ ਬਾਅਦ ਉਹਨਾਂ ਦੇ ਜਿਹੜਾ ਘਰ ਵਾਲਾ ਸੀ ਉਹ ਐਕਸਪਾਇਰ ਹੋ ਗਿਆ ਸੀਗਾ। ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਅਸੀਂ ਪੁੱਤਰ ਬੇਟਾ ਹੋਰ ਕਿਤੇ ਕਰ ਦਿੰਦੇ ਹਾਂ, ਉਹ ਕਹਿੰਦੀ ਲੜਕੀ ਕਹਿੰਦੀ ਵੀ ਮੈਂ ਹੋਰ ਕਿਤੇ ਨਹੀਂ ਕਰਾਉਣਾ ਅਤੇ ਵੀ ਮੈਂ ਆਪਦੇ ਬਾਪ ਦੇ ਘਰ ਹੀ ਟਾਈਮ ਕੱਟੂੰਗੀ। ਬੱਚਾ ਸੀ ਛੋਟਾ ਜਿਹਾ, ਉਹ ਹਜੇ ਬੱਚਾ ਨਿਆਣਾ ਹੈ, ਉਹ ਕੰਮ ਕਿਸੇ 'ਚ ਕੰਮ ਦੇ ਯੋਗ ਨਹੀਂ ਹੈਗਾ ਨਾ ਉਹ ਹੁਣ, ਕਿਉਂਕਿ ਸਿਰਫ ਆ ਬਜ਼ੁਰਗਾਂ ਦੇ 80-85 ਸਾਲ ਦੀ ਇਹਨਾਂ ਦੀ ਉਮਰ ਹੈ, ਇਹਨਾਂ ਦੇ ਸਿਰ 'ਤੇ ਹੀ ਸਾਰੀ ਜਿਹੜੀ ਕਬੀਲਦਾਰੀ ਹੈ ਚੱਲਦੀ ਹੈ। ਇਹਨੂੰ ਅਸਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਂ ਇਹ ਹੋਇਆ ਸੀਗਾ ਵੀ ਇਹਦੇ ਬਾਲਾਂ ਦੇ ਵਿੱਚ ਪ੍ਰੋਬਲਮ ਦੱਸੀ ਗਈ ਸੀ ਉਸ ਟਾਈਮ, ਮਤਲਬ ਸਾਰੇ ਸੱਜਣਾਂ ਨੇ, ਸ਼ਹਿਰ ਦਿਆਂ ਨੇ, ਨਗਰ ਨੇ, ਰਲ ਮਿਲ ਕੇ ਗੁਆਂਢੀਆਂ ਨੇ ਉਦੋਂ ਇਹਦਾ ਟ੍ਰੀਟਮੈਂਟ ਕਰਵਾਤਾ ਸੀਗਾ, ਹੜ੍ਹ ਦੇ ਬਾਲ ਪਏ ਸੀਗੇ ਜੀ। ਉਸ ਤੋਂ ਬਾਅਦ ਕੋਈ ਐਸੀ ਨੁਕਸ ਬੈਠਿਆ, ਇਹਦਾ ਸਰੀਰ ਮੁੜ ਕੇ ਲੜਕੀ ਦਾ ਉੱਠੀ ਨਹੀਂ ਹੈਗਾ। ਪੈਸਾ ਤਾਂ 4-5 ਲੱਖ ਰੁਪਇਆ ਆ ਗਿਆ ਜੀ, ਗਰੀਬ ਬੰਦਾ 4-5 ਲੱਖ ਰੁਪਇਆ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਜੀ। ਹੁਣ ਇਲਾਜ ਹੋਣ ਦੇ ਯੋਗ ਹੈ? ਬਿਲਕੁਲ ਜੀ, ਬਿਲਕੁਲ। ਦਿੱਲੀ ਅਸੀਂ ਲੈ ਕੇ ਗਏ ਸੀਗੇ ਜੀ, ਸਾਡੇ ਦੋਸਤ ਖੜ੍ਹੇ ਨੇ ਕੋਹਲੀ ਸਾਹਿਬ ਭੇਜੇ ਸੀਗੇ ਜੀ, ਸਾਡੀ ਟੀਮ ਨੇ ਇਹ ਜ਼ਿੰਮੇਵਾਰੀ ਦੇ ਕੇ ਇਹ ਆਪ ਸਾਰਾ ਉਹਨਾਂ ਦਾ ਉੱਥੇ ਟ੍ਰੀਟਮੈਂਟ ਜਿੰਨਾ ਵੀ ਹੈ ਆਪਦੇ ਹੱਥ ਨਾਲ ਸ਼ੁਰੂ ਕਰਵਾ ਕੇ ਆਏ ਨੇ। ਪਰ ਉਹ ਇਹਨਾਂ ਨੂੰ ਕਿਸੇ ਨੇ ਮਿਸਗਾਈਡ ਕਰਤਾ, ਇਹਨਾਂ ਨੇ ਸਾਨੂੰ ਦੱਸ ਕੇ ਨਹੀਂ ਆਏ, ਨਹੀਂ ਸਾਡੀ ਇਹ ਮਨੋਕਾਮਨਾ ਸੀ ਵੀ ਲੜਕੀ ਤੰਦਰੁਸਤ ਹੋ ਕੇ ਆਉਣਾ ਸੀਗਾ, ਕਿਉਂਕਿ ਡਾਕਟਰਾਂ ਨਾਲ ਸਾਡੀ ਰੋਜ਼ ਗੱਲਬਾਤ ਹੁੰਦੀ ਸੀਗੀ, ਉਹ ਦੱਸ ਡੇਲੀ ਮੰਗ ਤਾਂ ਇਹੀ ਕਰਦੇ ਜੀ ਵੀ ਲੜਕੀ ਦੇ ਜਿਹੜਾ ਕੋਈ ਸੱਜਣ ਦਾਨੀ ਹੈ ਉਹ ਦਾਨ ਕਰਨ ਵਾਸਤੇ ਅੱਗੇ ਆਵੇ, ਇਹਦਾ ਆਪਾਂ ਇਲਾਜ ਕਰਾ ਸਕਦੇ। ਜਾਨ ਬਚ ਸਕਦੀ ਹੈ ਜੀ? ਬਿਲਕੁਲ ਬਚ ਸਕਦੀ ਹੈ ਜੀ, ਆਪ ਸਿਰਫ ਪੈਸੇ ਦੇ ਤੋੜੇ ਹੀ ਜਾ ਸਕਦੇ ਹੂੰ, ਅਗਰ ਜੇ ਕੋਈ ਦਾਨੀ ਸੱਜਣ ਆਵੇ ਤਾਂ ਜਾਨ ਬਚੂਗੀ। ਹੁਣ ਕਿ ਵੱਜ ਗਏ, ਘੱਟੋ ਘੱਟ ਵੀ 8 ਵੱਜ ਰਹੇ ਹੁਣ, 7:30 ਅਤੇ ਹੁਣ ਇਹ ਇੱਥੇ ਜਾਣਗੇ ਵਿਚਾਰੇ ਰੋਟੀ ਟੁੱਕ ਜਾ ਕੇ, ਉਹਨਾਂ ਨੂੰ ਲੜਕੀ ਨੂੰ ਵਿਚਾਰੇ ਨੂੰ ਅੰਦਰ ਬਾਹਰ ਜਿੱਥੇ ਵੀ ਬਿਠਾਉਣਾ ਕਰਨਾ, ਉਹਨਾਂ ਨੂੰ ਬਿਠਾਉਣਗੇ, ਰੋਟੀ ਟੁੱਕ ਬਣਾਉਣਗੇ, ਕੀ ਇਹਨਾਂ ਦੀ ਉਮਰ ਹੈ? ਸਾਡਾ ਤਾਂ ਦੇਖੋ ਮਨ ਬਹੁਤ ਖਰਾਬ ਹੈ, ਤੁਸੀਂ ਵੈਟ ਲੈ ਰਹੇ ਹੋ, ਮੇਰਾ ਦਿਲ ਬਹੁਤ ਰੋ ਰਿਹਾ। ਅਤੇ 10-15 ਸਾਲ ਹੋ ਗਏ ਦੇ ਘਰ ਵਾਲੇ ਨੂੰ ਮੁੱਕੇ ਨੂੰ, ਇੱਥੇ ਆ ਗਈ ਵਿਚਾਰੀ, ਕਈ ਸਾਲ ਹੋ ਗਏ ਆਈ ਨੂੰ, ਅਤੇ ਚੰਗੀ ਭਲੀ ਆਈ ਸੀ। ਪੇਕੇ ਪੇਕੇ? ਹਾਂ, ਪੇਕੇ ਘਰੇ ਰਹਿੰਦੀ, ਆਪਦੇ ਬਾਪ ਘਰੇ, ਭਾਈ ਨਹੀਂ, ਕੋਈ ਸਹਾਰਾ ਨਹੀਂ ਇਹਨੂੰ, ਅਤੇ ਇਹਦਾ ਬਾਪ ਹੀ ਕਰਦਾ, ਅਤੇ ਇਹਨਾਂ ਨੂੰ ਇਹੀ। ਬਾਪ ਕੀ ਕਰਦਾ? ਬਾਪ ਤਾਂ ਜੀ ਸੀਵਿਆਂ 'ਚ ਲੱਗਿਆ ਹੋਇਆ ਗਾ, ਦੇਖ ਅਸੀਂ ਸੀਵੀ ਕਹਿੰਦੇ ਹਾਂ, ਅਤੇ ਉੱਥੇ ਕਿੰਨੀ ਕੁ ਤਨਖਾਹ ਹੁੰਦੀ ਆ ਤੁਹਾਨੂੰ ਪਤਾ ਹੀ ਆ, ਵੀ ਉਹਦੇ ਨਾਲ ਇਹ ਗੁਜ਼ਾਰਾ ਕਰਦੇ ਨੇ ਇਹ। ਕੋਈ ਸਾਂਭਣ ਵਾਲਾ ਨਹੀਂ ਜੀ, ਇਸ ਤਰ੍ਹਾਂ। ਹਾਂਜੀ, ਇਸ ਤਰ੍ਹਾਂ ਬਸ ਜਿਹਾ ਚੱਕ ਕੇ ਗੁਆਂਢੀ ਭਾਈ ਆ ਜਾਂਦਾ ਜਦੋਂ ਹਾਏ ਬੂ ਕਰਦੀ ਹੈਗੀ, ਚੱਕ ਕੇ ਅੰਦਰ ਪਾ ਦਿੰਦੇ ਵਿਚਾਰੀ ਨੂੰ, ਜਾਂ ਚੱਕ ਕੇ ਇੱਥੇ ਲਿਆਉਂਦੇ ਆ। ਹਾਂ, ਸਰਕਾਰ ਨੇ ਜਾਂ ਕਿਸੇ ਨੇ ਸਾਰ ਲਈ? ਕਿਸੇ ਨੇ ਸਾਰ ਨਹੀਂ ਲੈਤੀ ਜੀ, ਦੇਖ ਅਸੀਂ ਹਰ ਟਾਈਮ ਲਵੇ ਰਹਿੰਦੇ ਹਾਂਗੇ, ਦੇਖਦੇ ਰਹਿੰਦੇ ਹਾਂ, ਕੋਈ ਸਹਾਰ ਨਹੀਂ ਲੈਤੀ ਕਿਸੇ ਨੇ ਵੀ। ਮੰਗ ਤਾਂ ਜੀ ਆਈ ਹਾਂ ਵੀ ਜੇ ਹੋ ਸਕੇ ਤਾਂ ਇਹਦਾ ਇਲਾਜ ਕੋਈ ਕਰਾਵੇ, ਬਥੇਰਾ ਪੈਸਾ ਲਾਤਾ ਇਹਦੇ ਬਾਪ ਨੇ ਵਿਆਜਾਂ ਦੇ ਚੱਕ ਚੱਕ ਕੇ, ਇਹਦੀ ਜ਼ਿੰਦਗੀ ਵਿਚਾਰੇ ਦੀ ਇੰਨੀ ਔਖੀ ਆ, ਇਹ ਨਹੀਂ ਮਰ ਸਕਦਾ ਨਹੀਂ ਵਿਚਾਰਾ।
बेशक इसकी बीमार धी का इलाज हो सकता है पर पैसे खुणू ये नित दिन मौत के करीब आउंदी जा रही है। तो इस बुजुर्ग की इन्नी भी हैसियत नहीं कि यह अपनी धी लई एक दिन की भी दवाई का इंतजाम कर सके। इसकी दास्तान सुन के शैतान दियां अखां चों भी अथरू वगने शुरू हो जाएंगे। हकीकत टीवी पंजाबी दे लई दिड़बा जिला संगरूर तो अनिल जैन की रिपोर्ट। अज तक अनेकां दुखी भैण भरावां दे उछड़े घरां नूं वसाउण वाले गरीबां ते लोड़वंदां दे सच्चे हमदर्द बाबा आजम खान 9816530410 पता लुधियाना। तुहाडी तकदीर कदों बदलेगी? की तुहानूं तुहाडा सच्चा प्यार मिलेगा जां नहीं? लाटरी तो धन मिलेगा जां नहीं? सच्चाई जाणो, वशीकरण करवाओ, मन चाह प्यार अपने वश च करो। परेशानी जिवें खोया प्यार वापस पाउणा, प्रेमी प्रेमिका च झगड़ा, तलाक के सौतन दुश्मन तो छुटकारा, विदेश यात्रा जां विदेश च पक्का होना, कर्जे तो मुक्ति, औलाद सुख, प्यार च धोखा खा चुके प्रेमी प्रेमिका एक बार जरूर संपर्क करो। मैं तुहाडा प्यार नहीं टुटण देवांगा।